ਪਾਠ 16 ਸਾਡਾ ਪਾਰਸ ਸਾਡਾ ਪਾਸ਼ਾ। ਲਾਹੌਰ ਸ਼ਹਿਰ ਦੇ ਵਿੱਚੋਂ ਮਹਾਰਾਜ ਰਣਜੀਤ ਸਿੰਘ ਦੀ ਸਵਾਰੀ ਲੰਘ ਰਹੀ ਹੈ। ਪਿੱਠ ਭੂਮੀ ਤੋਂ ਸੰਗੀਤ ਦੀ ਆਵਾਜ਼ ਆਉਂਦੀ ਹੈ। ਇੱਕ ਪਾਸੇ ਤੋਂ ਬੱਚਿਆਂ ਦੇ ਰੌਲਾ ਪਾਉਣ ਦੀ ਆਵਾਜ਼ ਆਉਂਦੀ ਹੈ। ਬੱਚਾ ਪਹਿਲਾ, ਓਏ ਰੁਲਦੂ ਲਿਆ ਟੀਮਾ, ਰੋੜੇ ਮਾਰ ਕੇ ਬੇਰੀ ਤੋਂ ਬੇਰ ਝਾੜੀਏ। ਦੂਜਾ ਬੱਚਾ ਚੋਲੀ 'ਚੋਂ ਟੀਮਾ ਫੜਾਉਂਦਾ ਹੈ, ਆ ਲੈ ਟੀਮ ਅਤੇ ਉਹ ਉਤਲੀ ਟਾਹਣੀ 'ਤੇ ਮਾਰ, ਵੇਖ ਕਿੱਡੇ ਸੋਹਣੇ ਬੇਰਾ। ਮੁੰਡੇ ਟੀਮਾਂ ਮਾਰਦੇ ਨੇ ਅਤੇ ਇੱਕ ਟੀਮ ਮਹਾਰਾਜ 'ਤੇ ਵੱਜਦੀ ਹੈ। ਸਿਪਾਹੀ ਮੁੰਡੇ ਨੂੰ ਫੜਦੇ ਨੇ। ਸਿਪਾਹੀ, ਓਏ ਤੂੰ ਮਹਾਰਾਜ ਦੀ ਟੀਮ ਕਿਉਂ ਮਾਰੀ ਹੈ? ਮੁੰਡਾ, ਮੈਂ ਮਹਾਰਾਜ ਦੀ ਟੀਮ ਮਾਰੀਏ, ਮੈਂ ਤਾਂ ਬੇਰੀ 'ਤੇ ਮਾਰੀ ਸੀ। ਸਿਪਾਹੀ, ਕਿਉਂ? ਮੁੰਡਾ, ਬੇਰੀ ਤੋਂ ਬੇਰ ਝਾੜਨ ਲਈ, ਹੋਰ ਕਿਉਂ? ਸਿਪਾਹੀ, ਪਰ ਤੈਨੂੰ ਪਤਾ ਟੀਮ ਤਾਂ ਮਹਾਰਾਜ ਦੇ ਵੱਜੀਏ। ਮੁੰਡਾ, ਮੈਂ ਕੋਈ ਜਾਣ ਬੁੱਝ ਕੇ ਥੋੜ੍ਹੀ ਮਾਰੀਏ। ਸਿਪਾਹੀ ਕਹਿੰਦਾ, ਚੱਲ ਤੁਰ ਫਿਰ, ਮਹਾਰਾਜ ਦੇ ਸਾਹਮਣੇ ਪੇਸ਼ ਹੋ। ਸਿਪਾਹੀ ਉਸ ਨੂੰ ਜ਼ਬਰਦਸਤੀ ਘਸੀਟਦਾ ਹੈ। ਮੁੰਡਾ ਰੋਂਦਾ ਹੈ। ਮਹਾਰਾਜ, ਕਿਉਂ ਬਈ ਇਸ ਬੱਚੇ ਨੂੰ ਕਿਉਂ ਰੋਣ ਲੱਗੇ ਹੋ? ਸਿਪਾਹੀ ਕਹਿੰਦਾ, ਮਹਾਰਾਜ ਇਸ ਬੱਚੇ ਨੇ ਤੁਹਾਨੂੰ ਟੀਮ ਮਾਰੀ ਸੀ। ਬੱਚਾ ਰੋਈ ਜਾ ਰਿਹਾ ਹੈ। ਮਹਾਰਾਜ ਕਹਿੰਦੇ ਆ ਮੁੰਡੇ ਨੂੰ, ਬਈ ਰੋ ਨਾ, ਇਹ ਦੱਸ ਤੂੰ ਸਾਡੇ ਟੀਮ ਕਿਉਂ ਮਾਰੀ? ਮੁੰਡਾ, ਅਸੀਂ ਤਾਂ ਜੀ ਬੇਰੀ 'ਤੇ ਮਾਰੀ ਸੀ ਬੇਰ ਝਾੜਨ ਲਈ। ਮਹਾਰਾਜ, ਸਿਪਾਹੀ ਨੂੰ ਇਸ ਬੱਚੇ ਨੂੰ 5 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣ। ਸਿਪਾਹੀ ਕਹਿੰਦਾ, ਜੀ ਮੋਹਰਾਂ? ਮਹਾਰਾਜ, ਹਾਂ ਬਈ, ਜੇ ਇਸ ਦੀ ਟੀਮ ਬੇਰੀ ਉੱਤੇ ਵੱਜਦੀ ਤਾਂ ਇਸ ਦੀ ਝੋਲੀ ਬੇਰਾਂ ਨਾਲ ਭਰ ਜਾਣੀ ਸੀ। ਹੁਣ ਟੀਮ ਸਾਡੇ ਵੱਜੀ ਹੈ, ਅਸੀਂ ਇਸ ਦੀ ਝੋਲੀ ਮੋਹਰਾਂ ਪਾਉਂਦੇ ਹਾਂ। ਸਿਪਾਹੀ ਬੱਚੇ ਨੂੰ ਮੋਹਰਾਂ ਦਿੰਦਾ ਹੈ। ਬੱਚਾ ਖੁਸ਼ੀ ਨਾਲ ਛਾਲਾ ਮਾਰਦਾ ਜਾਂਦਾ ਹੈ। ਮਹਾਰਾਜ ਦੀ ਸਵਾਰੀ ਅੱਗੇ ਤੁਰ ਜਾਂਦੀ ਹੈ। ਇੱਕ ਦਿਨ ਮਹਾਰਾਜ ਦੀ ਸਵਾਰੀ ਆ ਰਹੀ ਹੁੰਦੀ ਹੈ। ਇੱਕ ਬੁੱਢੀ ਹੱਥ 'ਚ ਕਾਲਾ ਪਤੀਲਾ ਫੜੀ ਦੌੜੀ ਆਉਂਦੀ ਹੈ। ਬੁੱਢੀ, ਮੈਨੂੰ ਮੇਰੇ ਪਾਰਸ ਪਾਤਸ਼ਾਹ ਨਾਲ ਮਿਲਾ ਦਿਓ। ਕਿੱਧਰ ਗਏ ਮੇਰੇ ਪਾਰਸ ਪਾਤਸ਼ਾਹ? ਮੈਂ ਤਾਂ ਘਰੋਂ ਕਾਲੀ ਕਾਲੀ ਭੱਜੀ ਆਈ ਹਾਂ, ਕਿਤੇ ਮੇਰੇ ਪਾਤਸ਼ਾਹ ਲੰਘ ਨਾ ਜਾਣ। ਸਿਪਾਹੀ ਕਹਿੰਦੇ ਆ, ਓ ਮਾਈ, ਆ ਪਤੀਲਾ ਚੁੱਕੀ ਕਿੱਧਰ ਭੱਜੀ ਜਾਣੀ ਹੈ? ਬੁੱਢੀ ਕਹਿੰਦੀ, ਮੈਂ ਆਪਣੇ ਪਾਰਸ ਪਾਤਸ਼ਾਹ ਨੂੰ ਮਿਲਣਾ ਏ। ਸਿਪਾਹੀ, ਤੂੰ ਆ ਕਾਲਾ ਜਿਹਾ ਪਤੀਲਾ ਲੈ ਕੇ ਨਹੀਂ ਮਿਲ ਸਕਦੀ। ਬੁੱਢੀ, ਕਿਉਂ? ਮੈਂ ਕਿਉਂ ਨਹੀਂ ਮਿਲ ਸਕਦੀ? ਉਹ ਪਾਰਸ ਪਾਤਸ਼ਾਹ ਤੇਰਾ ਨਹੀਂ, ਸਾਡਾ ਏ, ਲੋਕਾਂ ਦਾ ਏ। ਸਿਪਾਹੀ, ਜੇ ਤੂੰ ਮਿਲਣਾ ਹੈ ਤਾਂ ਆ ਪਤੀਲਾ ਇੱਥੇ ਰੱਖ ਜਾ, ਇਸ ਨਾਲ ਮਹਾਰਾਜ ਦੇ ਕੱਪੜੇ ਖਰਾਬ ਹੋਣਗੇ। ਬੁੱਢੀ ਕਹਿੰਦੀ ਆ, ਨਹੀਂ, ਮੈਂ ਇਹ ਪਤੀਲਾ ਮਹਾਰਾਜ ਦੇ ਸਰੀਰ ਨੂੰ ਛੁਆਉਣਾ ਹੈ। ਸਿਪਾਹੀ ਕਹਿੰਦਾ, ਹੈ, ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ? ਬੁੱਢੀ ਕਹਿੰਦੀ, ਨਹੀਂ ਨਹੀਂ, ਮੇਰਾ ਦਿਮਾਗ ਨਹੀਂ ਫਿਰਿਆ। ਜਦੋਂ ਮੈਂ ਇਹ ਪਤੀਲਾ ਮਹਾਰਾਜ ਨੂੰ ਛੁਹਾਵਾਂਗੀ ਤਾਂ ਇਹ ਸੋਨੇ ਦਾ ਬਣ ਜਾਵੇਗਾ। ਬੁੱਢੀ ਔਰਤ ਦੌੜ ਕੇ ਮਹਾਰਾਜ ਵੱਲ ਜਾਂਦੀ ਹੈ। ਮਹਾਰਾਜ, ਮੇਰੇ ਪਾਰਸ ਪਾਤਸ਼ਾਹ, ਮੈਂ ਇਹ ਪਤੀਲਾ ਤੁਹਾਡੇ ਸਰੀਰ ਨਾਲ ਛੁਹਾਉਣਾ ਹੈ। ਸਿਪਾਹੀ ਦੌੜ ਕੇ ਬੁੱਢੀ ਨੂੰ ਫੜਦੇ ਨੇ, ਚੱਲ ਪਰੇ ਹੱਟ। ਮਹਾਰਾਜ ਕਹਿੰਦੇ ਆ ਸਿਪਾਹੀਆਂ ਨੂੰ, ਛੱਡ ਦਿਓ ਇਸ ਨੂੰ, ਕੀ ਗੱਲ ਹੈ ਮਾਈ? ਬੁੱਢੀ, ਮੇਰੇ ਪਾਰਸ ਪਾਤਸ਼ਾਹ, ਮੈਂ ਪਤੀਲਾ ਤੁਹਾਡੇ ਸਰੀਰ ਨਾਲ ਛੁਹਾਉਣਾ ਹੈ। ਤੁਸੀਂ ਪਾਰਸ ਹੋ, ਇਹ ਪਤੀਲਾ ਪਿੱਤਲ ਦਾ ਹੈ, ਤੁਹਾਡੀ ਛੂਹ ਨਾਲ ਸੋਨੇ ਦਾ ਬਣ ਜਾਵੇਗਾ। ਮਹਾਰਾਜ ਮੁਸਕਰਾਉਂਦੇ ਹੋਏ ਸਿਪਾਹੀ ਨੂੰ, ਇਸ ਮਾਈ ਦਾ ਪਤੀਲਾ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਓ। ਸਿਪਾਹੀ ਉਸਦੇ ਪਤੀਲੇ 'ਚ ਮੋਹਰਾਂ ਪਾਉਂਦੇ ਨੇ। ਬੁੱਢੀ, ਹੈ, ਮੇਰਾ ਪਤੀਲਾ ਮੋਹਰਾਂ ਨਾਲ ਭਰ ਗਿਆ, ਮੇਰਾ ਮਹਾਰਾਜ ਤਾਂ ਸੱਚਮੁੱਚ ਦਾ ਪਾਰਸ ਹੈ। ਧੰਨ ਹੋ ਤੁਸੀਂ ਮਹਾਰਾਜ, ਧੰਨ ਹੋ। ਮਹਾਰਾਜ ਕਹਿੰਦੇ, ਮਾਈ, ਮੈਂ ਧੰਨ ਨਹੀਂ, ਧੰਨ ਤਾਂ ਮੇਰੀ ਪਰਜਾ ਹੈ ਜਿਸ ਨੇ ਮੈਨੂੰ ਪਾਰਸ ਬਣਾਇਆ ਹੈ। ਬੁੱਢੀ ਖੁਸ਼ੀ ਖੁਸ਼ੀ ਵਾਪਸ ਚਲੀ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ ਹੋਇਆ ਹੈ। ਮਹਾਰਾਜ ਦੇ ਨਾਲ ਉਹਨਾਂ ਦੇ ਦਰਬਾਰੀ ਅਤੇ ਸਿਪਾਹੀ ਹਾਜ਼ਰ ਹਨ। ਮਹਾਰਾਜ ਸਿਪਾਹੀ ਨੂੰ, ਹੁਣ ਅਸੀਂ ਭੇਸ ਬਦਲ ਕੇ ਲੋਕਾਂ ਵਿੱਚ ਜਾਇਆ ਕਰਾਂਗੇ ਅਤੇ ਉਹਨਾਂ ਦੇ ਦੁੱਖਾਂ ਦੀ ਸਾਰ ਲਿਆ ਕਰਾਂਗੇ। ਲੋਕਾਂ ਵਿੱਚ ਐਲਾਨ ਕਰ ਦਿਓ ਕਿ ਸਭ ਗਰੀਬ ਗੁਰਬੇ ਮੋਦੀ ਖਾਨੇ ਤੋਂ ਲੋੜ ਅਨੁਸਾਰ ਕਣਕ ਲੈ ਜਾਣ। ਮਹਾਰਾਜ ਬਾਹਰ ਜਾਂਦੇ ਨੇ। ਸਿਪਾਹੀ, ਸੁਣੋ ਸੁਣੋ ਸੁਣੋ, ਸਭ ਗਰੀਬ ਗੁਰਬਿਆਂ ਲਈ ਮੋਦੀ ਖਾਨੇ ਤੋਂ ਕਣਕ ਵੰਡੀ ਜਾ ਰਹੀ ਹੈ। ਲੋੜਵੰਦ ਗਰੀਬ ਆਪਣੀ ਆਪਣੀ ਲੋੜ ਅਨੁਸਾਰ ਮੋਦੀ ਖਾਨੇ ਤੋਂ ਕਣਕ ਲੈ ਲਓ ਬਾਈ। ਸਿਪਾਹੀ ਜਾਂਦਾ ਹੈ। ਦੂਜੇ ਪਾਸੇ ਤੋਂ ਇੱਕ ਬੱਚਾ ਅਤੇ ਬੁੱਢਾ ਕਣਕ ਦੀ ਭਾਰੀ ਪੰਡ ਘਸੀਟੀ ਆ ਰਹੇ ਹਨ। ਬੱਚਾ ਕਹਿੰਦਾ, ਦਾਦਾ ਜੀ, ਇਹ ਕਣਕ ਦੀ ਪੰਡ ਘਰ ਕਿਵੇਂ ਲਿਜਾਵਾਂਗੇ? ਤੁਹਾਡੇ ਤੋਂ ਤਾਂ ਚੁੱਕੀ ਵੀ ਨਹੀਂ ਜਾਣੀ। ਬੁੱਢਾ ਕਹਿੰਦਾ, ਆ ਵੇਖ, ਇੱਕ ਪੰਡ ਹੀ ਫਿਰਦਾ ਹੈ, ਮੈਂ ਉਸ ਨੂੰ ਆਵਾਜ਼ ਮਾਰਦਾ,
ਲੈ ਉਹ ਤਾਂ ਆਪੇ ਹੀ ਸਾਡੇ ਵੱਲ ਆ ਰਿਹਾ ਹੈ। ਮਹਾਰਾਜ ਪਾਂਡੀ ਦੇ ਭੇਸ ਵਿੱਚ ਬੁੱਢੇ ਕੋਲ ਆਉਂਦੇ ਨੇ। ਲੈ ਬਈ ਪਾਂਡੀ ਭਰਾਵਾ, ਆ ਕਣਕ ਦੀ ਪੰਡ ਤਾਂ ਸਾਡੇ ਘਰ ਪਹੁੰਚਾ ਦੇ। ਕਣਕ ਦੀ ਪੰਡ ਪਾਂਡੀ ਸਿਰ 'ਤੇ ਚੁੱਕਦਾ ਹੈ। ਬੱਚਾ ਅਤੇ ਬੁੱਢਾ ਪੰਡ ਚੁਕਾਉਣ ਲਈ ਮਦਦ ਕਰਦੇ ਨੇ। ਪਾਂਡੀ ਪੰਡ ਚੁੱਕ ਕੇ ਤੁਰਦਾ ਹੈ। ਪਿੱਛੋਂ ਗੀਤ ਦੇ ਬੋਲ ਸੁਣਾਈ ਦਿੰਦੇ ਹਨ। ਗੀਤ ਕੀ ਆ? ਉਹ ਪਾਂਡੀ ਜਾਂਦਾ ਏ, ਕਿਆ ਸੋਹਣਾ ਲੱਗਦਾ ਏ, ਭਾਰੀ ਏ ਪੰਡ ਬੜੀ, ਪੈਂਡਾ ਵੀ ਚੌਖਾ ਹੈ, ਪਾਂਡੀ ਦੇ ਪਿੰਡੇ 'ਚੋਂ ਪਿਆ ਮੁੜਕਾ ਵਗਦਾ ਹੈ। ਪੁੱਜ ਗਿਆ ਟਿਕਾਣੇ 'ਤੇ ਬੁੱਢੇ ਦਾ ਘਰ ਆਇਆ, ਪੰਡ ਸੁੱਟ ਕੇ ਮੁੜਿਆ ਜਾਂ ਉੱਥੋਂ ਤੁਰਨ ਲੱਗਾ। ਪਾਂਡੀ ਪੰਡ ਹੇਠਾਂ ਰੱਖਦਾ ਹੈ ਅਤੇ ਤੁਰ ਪੈਂਦਾ ਹੈ। ਬੁੱਢਾ ਕਹਿੰਦਾ, ਓਏ ਪਾਂਡੀ ਭਰਾਵਾ, ਆਪਣੀ ਮਜ਼ਦੂਰੀ ਤਾਂ ਲੈ ਜਾ। ਮਹਾਰਾਜ ਕਹਿੰਦੇ, ਨਹੀਂ ਮੈਂ ਮਜ਼ਦੂਰੀ ਨਹੀਂ ਲੈਂਦਾ। ਬੁੱਢਾ ਕਹਿੰਦਾ, ਤਾਂ ਫਿਰ ਤੂੰ ਕੀ ਖਾਂਦਾ ਪੀਂਦਾ, ਕਿੱਥੋਂ ਏ, ਤੇਰਾ ਗੁਜ਼ਾਰਾ ਕਿਵੇਂ ਹੁੰਦਾ ਹੈ? ਮਹਾਰਾਜ, ਉਸ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦੀ ਬਹੁਤ ਮਿਹਰ ਹੈ, ਤੇਰਾ ਨਾਂ ਕੀ ਏ? ਮਹਾਰਾਜ ਕਹਿੰਦੇ, ਤੁਸੀਂ ਛੱਡੋ, ਨਾਂ 'ਚੋਂ ਕੀ ਲੈਣਾ ਹੈ? ਬੁੱਢਾ ਕਹਿੰਦਾ, ਨਹੀਂ ਨਹੀਂ ਫਿਰ ਵੀ ਨਾਂ ਤਾਂ ਦੱਸ ਆ, ਤੇਰੇ ਇਸ ਉਪਕਾਰ ਨੂੰ ਮੈਂ ਉਮਰ ਭਰ ਯਾਦ ਰੱਖਾਂਗਾ। ਮਹਾਰਾਜ ਕਹਿੰਦੇ, ਮੇਰਾ ਨਾਂ ਰਣਜੀਤ ਸਿੰਘ ਏ। ਬੁੱਢਾ, ਹੈ ਮਹਾਰਾਜ ਰਣਜੀਤ ਸਿੰਘ, ਮੈਨੂੰ ਮਾਫ਼ ਕਰਨਾ, ਮੈਥੋਂ ਗਲਤੀ ਹੋ ਗਈ, ਮੇਰੇ ਪਾਂਡੀ ਪਾਤਸ਼ਾਹ ਮੈਨੂੰ ਖਿਮਾ ਕਰੋ। ਮਹਾਰਾਜ, ਘਬਰਾ ਨਾ ਬਾਬਾ, ਇਹ ਤਾਂ ਮੇਰਾ ਫਰਜ਼ ਬਣਦਾ ਏ ਕਿ ਮੈਂ ਆਪਣੀ ਪ੍ਰਜਾ ਦੀ ਸੇਵਾ ਕਰਾਂ। ਬੁੱਢਾ ਪੈਰਾਂ 'ਤੇ ਝੁਕਦਾ ਹੈ, ਧੰਨ ਮੇਰੇ ਪਾਂਡੀ ਪਾਤਸ਼ਾਹ, ਧੰਨ ਹੋ ਤੁਸੀਂ, ਧੰਨ ਹੋ। ਬੁੱਢੀ ਦੂਜੇ ਪਾਸੇ ਤੋਂ ਬੁੱਢੀ ਵੀ ਆ ਜਾਂਦੀ ਹੈ, ਧੰਨ ਮੇਰੇ ਪਾਰਸ ਪਾਤਸ਼ਾਹ, ਧੰਨ ਮੇਰੇ ਪਾਂਡੀ ਪਾਤਸ਼ਾਹ। ਦੋਵੇਂ ਇਕੱਠੇ ਕਹਿੰਦੇ ਆ, ਜੁਗ ਜੁਗ ਜੀਵੇ ਸਾਡਾ ਪਾਰਸ ਪਾਂਡੀ ਪਾਤਸ਼ਾਹ, ਸਾਡਾ ਪਾਰਸ ਪਾਂਡੀ ਪਾਤਸ਼ਾਹ, ਸਾਡਾ ਦਿਆਲੂ ਸਾਡਾ ਪਾਰਸ ਪਾਂਡੀ ਪਾਤਸ਼ਾਹ। ਬੱਚੋ, ਇਹ ਸੀ ਜੋ ਲੈਸਨ ਆਪਾਂ ਮਹਾਰਾਜ ਰਣਜੀਤ ਸਿੰਘ ਬਾਰੇ ਪੜ੍ਹਿਆ। ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਇਸ ਦਾ ਅਭਿਆਸੀ ਕੰਮ।